ਖਾਧਿਆ ਬਦਾਮ ਜੀ ਨੇ ਮੰਗਲਾ, ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ। ਕਿ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ, ਕਿ ਖਾਧੀਆਂ ਖੁਰਾਕਾਂ ਕਮਾਉਣੀਆਂ। ਪਹਿਲੀ ਕਬੱਡੀ ਦਿੜਬੇ ਵਾਲਾ ਠੇਕੇਦਾਰ ਪਾਉਣ ਲਈ ਵੱਧ ਆਇਆ, ਔਰ ਪਹਿਲੀ ਰੇਡ ਤੇ ਗੱਲ ਕਰੇਗਾ ਸੇਵਕ ਸਾਡਾ ਵੀਰ। ਲੈ ਬਾਈ ਇੱਧਰਲੇ ਪਾਸੇ ਆ ਜਾਈਏ ਪ੍ਰਧਾਨ ਸਾਹਿਬ, ਆਪਾਂ ਗਰਾਊਂਡ ਕਲੀਅਰ ਕਰ ਲਈਏ, ਮੈਚ ਸ਼ੁਰੂ ਹੋ ਗਿਆ। ਲਾ ਪਹਿਲੀ ਰੇਡ, ਠੇਕੇਦਾਰ ਦਿੜਬੇ ਵਾਲਾ ਇਸ ਸਮੇਂ ਪਹਿਲੀ ਕਬੱਡੀ ਪਾਉਣ ਲਈ ਵਧਿਆ ਆਇਆ। ਚਾਰ ਜੱਖਿਆਂ ਵਿੱਚੋਂ ਇੱਕ ਪਾਸੇ ਜੱਗਾ ਲੇਲਾ ਵਾਲਾ, ਔਰ ਪਹਿਲੀ ਰੇਡ ਦੇ ਉੱਤੇ ਪਹਿਲਾ ਜੱਖਾ ਕਹਿੰਦੇ ਖਮੀਰਗੜ ਦੀ ਧਰਤੀ ਦੇ ਸੰਦੀਪ ਨੇ ਨਾ ਹੌਸਲੇ ਬੁਲੰਦ ਕਰਕੇ ਲਾ ਦਿੱਤਾ ਕਿ ਖਵਾਈ ਕਰੇਗੀ ਫੈਸਲਾ ਰੋਸ਼ਨੀ ਕਾ, ਜਿਸ ਦੀਏ ਮੇ ਦਮਖੋਗਾ ਕਿ ਆਖਿਰ ਵੋ ਟਿਕ ਜਾਏਗਾ, ਜਿਸ ਦੀਏ ਮੇ ਦਮਖੋਗਾ ਕਿ ਆਖਿਰ ਵੋ ਟਿਕ ਜਾਏਗਾ। 65 ਕਿਲੋ ਦੀਆਂ ਟੀਮਾਂ ਜਿਹੜੀਆਂ ਇਸ ਮੈਚ ਤੋਂ ਬਾਅਦ ਤਿਆਰ ਬਰ ਤਿਆਰ ਹੋ ਕੇ ਖੇਡ ਕਬੱਡੀ ਦੇ ਮੈਦਾਨ ਦੇ ਵੱਲ ਆ ਜਾਣ, ਤਾਂ ਜੋ 65 ਕਿਲੋ ਭਾਰ ਦਾ ਵੀ ਜਿਹੜਾ ਮੈਚ ਇਸ ਮੈਚ ਤੋਂ ਬਾਅਦ ਫਾਈਨਲ ਮੈਚ ਕਰਵਾ ਦਿੱਤਾ ਜਾਵੇ। ਲੱਭ ਪਈ ਹੋਈ ਕਬੱਡੀ ਇੱਕ ਪਾਸੇ, ਪਰਮਾ ਦਿੜਬੇ ਵਾਲਾ ਪਰ ਖਰਿਆਣੇ ਵਾਲਾ ਪੈਣ ਦਾ ਵੱਧ ਆਪਣੀ ਟੀਮ ਦੇ ਹਿੱਸੇ ਵੀ ਜੋੜਦਾ ਹੋਇਆ। ਲਵੀ ਵੀਰ ਪੈਣ ਦਾ ਫਾਈਨਲ ਦੱਸ ਦਿਓ ਵੀ ਕਿਹੜੀਆਂ ਟੀਮਾਂ ਦੇ ਵਿੱਚ, ਉਹ ਵੀ ਆਪਾਂ ਜ਼ਰੂਰ ਬੋਲੀਏ ਕਿਉਂਕਿ ਸਮਾਂ ਜਿਹੜਾ ਘੱਟ ਹੈ, ਔਰ ਜਿਹੜੇ ਰਹਿੰਦੇ ਮੈਚ ਵੀ ਫਿਰ ਸਮੇਂ ਸਿਰ ਹੀ ਆਪਾਂ ਕਰਵਾ ਲਈਏ। ਨਾ ਪਈ ਹੋਈ ਕਬੱਡੀ ਇਸ ਸਮੇਂ ਨੌਜਵਾਨ ਦੀ, ਇੱਕ ਪਾਸੇ ਕਹਿੰਦੇ ਸੰਦੀਪ ਹੈ ਔਰ ਦੂਜੇ ਪਾਸੇ 2 ਨੰਬਰ ਤੋਂ ਮੁੰਡਾ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਦਿੜਬੇ ਦੀ ਟੀਮ ਦੇ ਹਿੱਸੇ ਵੀ ਜੁੜ ਰਿਹਾ ਹੈ। ਕਿ ਜਦ 7 ਦੇ ਪੱਕੇ 7 ਬੰਦੇ ਅਸੀਂ ਆਸਕਣੀ ਗੋਰੀਆਂ ਨੱਡੀਆਂ ਦੇ ਜਿਹੜੇ ਥੱਕ ਕੇ ਰਾਹ ਵਿੱਚ ਬੈਠ ਜਾਵਣ, ਅਸੀਂ ਬੈਲ ਨੀ ਉਹਨਾਂ ਗੱਡੀਆਂ ਦੇ ਰਾਜ ਲਖੇੜੀ, ਅਸੀਂ ਮਾਵਾਂ ਦੇ ਪੁੱਤ ਖੀਰੇ, ਸਾਨੂੰ ਮੁੱਢ ਤੋਂ ਸ਼ੌਕ ਕਬੱਡੀਆਂ ਦੇ। ਉਧਰ ਸਾਡਾ ਵੀਰ ਮਨਦੀਪ ਆਸਟ੍ਰੇਲੀਆ ਜਿਹਦੇ ਵੱਲੋਂ ਅੱਜ ਖਮੀਰਗੜ ਦੀ ਟੀਮ ਇਸ ਕਬੱਡੀ ਕੱਪ ਦੇ ਉੱਤੇ ਸਪੋਂਸਰ ਕੀਤੀ ਗਈ ਹੈ। ਮਨਦੀਪ ਆਸਟ੍ਰੇਲੀਆ ਦਾ, ਸਾਡੇ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਜਿਹਦੇ ਵੱਲੋਂ ਜਿਹੜੀ ਖਮੀਰਗੜ ਦੀ ਟੀਮ ਆਈ ਤੇ ਕਬੱਡੀ ਕੱਪ ਲਈ ਸਪੋਂਸਰ ਕੀਤੀ ਗਈ ਹੈ। ਸਾਡੇ ਵੀਰ ਜਿਹਨਾਂ ਦਾ ਬੜਾ ਪਿਆਰ ਹੈ ਸਮੁੱਚੇ ਪ੍ਰਬੰਧਕ ਭਰਾਵਾਂ ਦੇ ਨਾਲ, ਲੈ ਵੀ ਜੱਗੇ ਲੇਲਾ ਮਾਰਿਆ। ਸੰਦੀਪ ਕਹਿੰਦਾ ਵੀ ਹੁਣ ਜੱਗਿਆ ਪਿੱਛੇ ਖੱਟ ਜਾ ਵੀ ਮੈਂ ਜੱਫਾ ਲਾਵਾਂ, ਮੈਂ ਜੱਫਾ ਲਾਵਾਂ। ਪਰ ਠੇਕੇਦਾਰ ਸਾਡੀ ਖੇਡ ਕਬੱਡੀ ਦਾ ਇਹ ਨੌਜਵਾਨ ਸੁਪਰ ਡੁਪਰ ਖਿਡਾਰੀ ਹੈ, ਅਸੀਂ ਧੰਨਵਾਦ ਕਰਦੇ ਹਾਂ ਕਰਮੇ ਬੰਗਾ ਹੋਰਾਂ ਦਾ, ਸਾਡੇ ਵੀਰਾਂ ਦਾ ਜਿਹਨੇ ਆਪਣੇ ਯਾਰਾਂ ਮਿੱਤਰਾਂ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਅੱਜ ਕਬੱਡੀ ਕੱਪ ਦੀ ਜ਼ਿੰਮੇਵਾਰੀ ਜਿਹੜੀ ਸਾਡੇ ਵੀਰਾਂ ਨੇ ਸਾਂਭੀ ਹੋਈ ਹੈ, ਔਰ ਸੱਦਾ ਦੇ ਰਿਹਾ ਕਿ 27 ਤੇ 28 ਜਿਹੜੀ ਮਾਰਚ ਉਹ ਪਾਤੜਾਂ ਦੇ ਕਬੱਡੀ ਕੱਪ ਦੀ ਹੋਵੇਗੀ, ਜਿੱਥੇ ਵੱਡੇ ਮਾਨ ਸਨਮਾਨ ਵੀ ਜਿਹੜੇ ਕੀਤੇ ਜਾ ਰਹੇ ਹੈ, ਵੱਡੇ ਮਾਨ ਸਨਮਾਨ ਵੀ ਜਿਹੜੇ ਕੀਤੇ ਜਾਣਗੇ। ਲੱਭ ਪਈ ਹੋਈ ਰੇਡ, ਲੈ ਵੀ ਸਮੀਪ ਨੌਜਵਾਨਾਂ ਜੱਗੇ ਨੇ ਵੀ ਤਿਆਰੀ ਖੜੀ ਹੈ, ਜੱਗੇ ਨੇ ਮਾਰੀ ਭਰਤੇ ਥਾਪੀ। ਆ ਦੂਜੇ ਪਾਸੇ ਦੇਖਣਾ ਵੀ ਸਮਾਂ ਬੀਤਾ ਹੋਇਆ, ਬੀਤੇ ਸਮੇਂ ਵਿੱਚੋਂ ਜੱਗੇ ਨੇ ਵੱਧ ਕੇ ਕੀਤੀ ਟਰਾਈ। ਲੱਭ ਪੁਆਇੰਟ ਨੌਜਵਾਨ ਦਿੜਬੇ ਵਾਲਾ ਫਿਰ ਆਪਣੀ ਟੀਮ ਦੇ ਹਿੱਸੇ ਵੀ ਜੁੜਦਾ ਆ। ਲੈ ਵੀ ਵੀਰ ਪੈਰ ਦਾ ਫਾਈਨਲ ਦੱਸ ਦਿਓ ਵੀ ਕਿਹੜੀਆਂ ਟੀਮਾਂ ਦਾ। ਕਿਰਨ ਕਬੱਡੀ ਕਲੱਬ ਚਨਾਗਰਾ ਤੇ ਚਨਾਗਰਾ ਬੀ, ਜਿਹੜਾ 65 ਕਿਲੋ ਦਾ ਫਾਈਨਲ ਮੈਚ ਹੈ।
ਸਾਡੀ ਬੇਨਤੀ ਆ ਵੀ 65 ਕਿਲੋ ਭਾਰ ਦੇ ਫਾਈਨਲ ਦੀਆਂ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਕਿਰਨ ਕਬੱਡੀ ਕਲੱਬ ਚਨਾਗਰਾ ਤੇ ਚਨਾਗਰਾ ਬੀ, ਥੋੜੀਆਂ ਰੇਡਾਂ ਜਿਹੜੀਆਂ ਇਸ ਚੱਲਦੇ ਹੋਏ ਮੈਚ ਦੀਆਂ ਬਾਕੀ ਆ, ਉਹਨਾਂ ਟੀਮਾਂ ਨੂੰ ਬੇਨਤੀ ਕਰਦਾ ਵੀ ਉਹ ਜਲਦੀ ਨਾਲ ਗਰਾਊਂਡ ਦੇ ਵੱਲ ਆ ਜਾਣ। ਲੈ ਵੀ ਨੌਜਵਾਨਾਂ ਕਰੀ ਗੱਲ ਇਸ ਰੇਡ ਦੇ ਉੱਤੇ। ਫਿਰ ਕੁਲਦੀਪ ਤਿੜਵੇ ਵਾਲਾ ਠੇਕੇਦਾਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਉਧਰ ਢੰਡੋਲੀ ਵਾਲੇ ਜੰਟ ਨੇ ਉਂਗਲੀ ਖੜੀ ਕੀਤੀ ਆ ਵੀ ਡਬਲ ਟੱਚ ਹੋ ਗਿਆ ਤੇ ਪੁਆਇੰਟ ਕੁਲਦੀਪ ਠੇਕੇਦਾਰ ਆਪਣੀ ਟੀਮ ਦੇ ਲਈ ਜੋੜ ਗਿਆ। ਹਰਿਆਣੇ ਵਾਲਾ ਫਿਰ ਵਧਿਆ ਹੋਇਆ ਉਹ ਪਰਬਿਆ, ਲੋਕੀ ਕਹਿੰਦੇ ਠੰਡ ਲੱਗੀ ਜਾਂਦੀ ਹੈ, ਪਰਬੇ ਦਾ ਜੱਫਾ ਵੇਖਣਾ ਇੱਕ ਪਾਸੇ ਪਰਬਾ ਤੇ ਸੁਖੀ ਤਿੜਵੇ ਵਾਲੇ ਦੀ ਹਿੱਕ ਦੇ ਵਿੱਚ ਟੱਚ ਵੱਜਿਆ। ਪੁਆਇੰਟ ਰੇਡਰ ਦੇ ਲਈ ਹੈ, ਪੁਆਇੰਟ ਰੇਡਰ ਦੇ ਲਈ ਹੈ। ਅਗਲੀ ਰੇਡ ਗਿੱਲ ਲਾਡੀ ਕਹਿੰਦੇ ਵੀ ਨੱਥੋ ਏੜੀ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਹਮੀਰਗੜੀਏ ਚਾਰ ਨੇ, ਇੱਕ ਪਾਸੇ ਸੰਦੀਪ ਹੈ, ਉਰਲੀ ਕੰਨੀ ਦੇ ਉੱਤੇ ਜੱਗਾ, ਲਟੈਣ ਵਰਗਾ ਜਾਫੀ ਜੱਗਾ ਲੇਲਾ ਵਾਲਾ ਲਹਿਰੇ ਗਾਗੇ ਦੇ ਏਰੀਏ ਦਾ, ਇਹ ਵੀ ਮੰਨਿਆ ਪਰ ਮੰਨਿਆ ਜਾਫੀ ਹੈ, ਇਹ ਵੀ ਕਹਿੰਦੇ ਵੱਡੇ ਵੱਡੇ ਰੇਡਰਾਂ ਦੇ ਚੱਕੇ ਜਾਮ ਕਰ ਦਿੰਦਾ ਹੈ। ਪੁਆਇੰਟ ਯਾਫੀ ਦੇ ਲਈ ਹੈ। ਅਗਲੀ ਰੇਡ ਫੇਰ ਪੈਣ ਜਾ ਰਹੀ ਹੈ, ਗੁਰਵਿੰਦਰ ਜੀ ਕਰਿਓ ਗੱਲ। ਲੈ ਘਨੌਰੀ ਵਾਲਾ ਕਹਿੰਦੇ ਫੇਰ ਕਬੱਡੀ ਭਾਉ ਲਈ ਇਸ ਸਮੇਂ ਵਧਿਆ ਹੋਇਆ ਹੈ ਕਿ ਸੁਰਿੰਦਰ ਕੌਰ ਜਖੀ ਦਾ ਕਹਿੰਦੇ ਲੋਕੋ ਕੋਇਲ ਜੰਮਣੀ, ਤੂਬੀ ਅਲਗੋਜੇ ਵਰਗਾ ਕੋਈ ਸਾਜ ਖੇਡੀ, ਦਾਰਾ ਸਿੰਘ ਵਰਗੇ ਦੀ ਨਿੱਤ ਜੰਮਣੇ, ਮਿਲਖੇ ਵਰਗੀ ਕਿਸੇ ਦੀ ਭਾਜ ਗਏ ਦੀ, ਗਲੀਆਂ ਸੁਣ ਕੇ ਸੀ ਬੜਾ ਸਵਾਦ ਆਉਂਦਾ, ਉਹ ਦੇਖੋ ਮਾਨਕ ਵਰਗੇ ਕਿਸੇ ਦੇ ਰਿਕਾਰਡ ਖੇਡੀ। ਬਾਬੇ ਤਿੜਵੇ ਮਾਰਿਆ, ਇਹ ਆ ਸੰਘਾ ਤਿੜਵੇ ਦੀ ਧਰਤੀ ਦਾ, ਲੈ ਵੀ ਤਿੜਵੇ ਮਾਰਿਆ ਮੁੰਡਿਆ ਕਮਾਲ ਕਰ ਦਿੱਤੀ ਹੈ, ਐਨ ਦਾ ਮਾਰਿਆ ਮੁੰਡੇ ਨੇ ਤੇ ਦਾ ਮਾਰ ਕੇ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਖੇਸੇ ਜੋੜਿਆ। ਠੇਕੇਦਾਰ ਦੀ ਰੇਡ ਲੈ ਵੀ ਕਰੀ ਗੱਲ ਨੌਜਵਾਨਾਂ। ਫਿਰ ਕੁਲਦੀਪ ਠੇਕੇਦਾਰ ਤਿੜਵੇ ਵਾਲਾ, ਇਹ ਠੇਕੇਦਾਰਾਂ ਦੇ ਨਾਲ ਲੈਂਦਾ ਤੇ ਦੁਨੀਆ ਠੇਕੇਦਾਰ ਠੇਕੇਦਾਰ ਕਹਿੰਦੀ ਹੈ। ਸੰਦੀਪ ਹਮੀਰ ਗੜੀਏ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਦੜਵੇ ਦੀ ਟੀਮ ਦੇ ਲਈ ਜੋੜਿਆ। ਹਰਿਆਣੇ ਵਾਲਾ ਨੌਜਵਾਨ ਫਿਰ ਅੱਗੇ ਵੱਲ ਵਧਿਆ ਹੋਇਆ, ਇੱਕ ਕੰਨੀ ਦੇ ਉੱਤੇ ਪਰਬ ਹੈ, ਨਾਲ ਹੀ ਸੁਖੀ ਹੈ, ਨਾਲ ਹੀ ਸੰਘਾ। ਮੇਰੇ ਵੀਰੇ ਇਹ ਹੈ ਸੰਘਾ ਦੜਵੇ ਵਾਲਾ, ਦੜਵੇ ਵਾਲਾ ਸੰਘਾ ਟਰਾਈ ਕਰਦਾ ਪਰ ਪੁਆਇੰਟ ਰੇਡਰ ਦੇ ਲਈ ਜੁੜਦਾ ਹੋਇਆ। ਲਾਡੀ ਨੱਥੋ ਇੰਡੀਆ ਵਾਲਾ ਫਿਰ ਆ ਗਿਆ ਕਬੱਡੀ ਪਾਉਣ ਦੇ ਲਈ। ਕਹਿੰਦੇ ਨੌਜਵਾਨ ਫੇਰ ਕਬੱਡੀ ਪਾ ਲਈ ਇਸ ਸਮੇਂ ਗਰਾਊਂਡ ਦੇ ਵਿੱਚ, ਲਾਡੀ ਵਾਧਾ ਹੋਇਆ। ਦਿੜਬੇ ਦੀ ਧਰਤੀ ਹੈ, ਇੱਕ ਪਾਸੇ ਦੁਨੀਆ ਜਾਣਦੀ ਹੈ ਵੀ ਦਿੜਬੇ ਨਗਰ ਦਾ ਜਦੋਂ ਨਾਂ ਜਵਾਨ ਦੇ ਉੱਤੇ ਆਉਂਦਾ ਹੈ, ਆਓ ਜਿਸ ਨਗਰ ਦੇ ਪ੍ਰਸਿੱਧ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਹੋਏ ਹੈ, ਔਰ ਜਿਹੜੀ ਟੀਮ ਦੇ ਜਿਸ ਨਗਰ ਦੇ ਕਬੱਡੀ ਖਿਡਾਰੀਆਂ ਦੇ ਚਰਚੇ ਜਿਹੜੇ ਪੂਰੀ ਦੁਨੀਆ ਭਰ ਦੇ ਵਿੱਚ ਛਿੜੇ ਹੋਏ ਹੈ, ਅੱਜ ਤਾਰੀ ਝਨੇਰ ਵਾਲਾ ਜਿਹੜਾ ਪਰਬੇ ਦਿੜਬੇ ਦੀ ਟੀਮ ਦਾ ਪੁੱਤ ਬਣ ਕੇ ਖੇਡਣ ਲਈ ਆਇਆ ਹੋਇਆ ਹੈ। ਝਨੇਰ ਵਾਲੇ ਕਾਦਰ ਖਾਨ ਦੇ ਦੋ ਪੁੱਤ ਮਸ਼ਹੂਰ ਹੋਏ, ਦਿਲਬਰ ਦੇ ਕਾਲੇ ਵਰਗੇ। ਮੈਂ ਵੀ ਝਨੇਰ ਵਾਲਿਆ ਹੁਣ ਜੱਫਾ ਤੇਰਾ ਵੇਖਣਾ ਵਾ ਧਾਰੀ ਨੌਜਵਾਨਾ, ਹੁਣ ਜੱਫਾ ਤੇਰਾ ਵੇਖਣਾ। ਲਓ ਇੱਕ ਪਾਸੇ ਔਖੀ ਬੰਦਾ ਧਾਰੀ ਝਨੇਰ ਵਾਲਾ, ਆਓ ਦੇਖੋ ਆਓ ਦੇਖੋ, ਘਨੌਰੀ ਵਾਲਾ ਭੱਜ ਤੁਰਿਆ ਕਿ ਪਿੱਛੇ ਪਿੱਛੇ ਆਈ ਮੇਰੀ ਤੌਰ ਵੇਖ ਲਾ। ਮੈਂ ਵੀ ਧਾਰੀ ਨੌਜਵਾਨਾ ਮੁੰਡੇ ਦੀ ਮਿਹਨਤ ਕੀਤੀ ਹੈ, ਔਰ ਕਹਿੰਦੇ ਥਾਪੀ ਮਾਰ ਕੇ ਭੱਜ ਤੁਰਿਆ। ਲੈ ਵੀ ਕੁਲਦੀਪ ਆ ਗਿਆ ਨੌਜਵਾਨਾਂ ਠੇਕੇਦਾਰ ਕਬੱਡੀ ਪਾਉਣ ਲਈ। ਕੁਲਦੀਪ ਦਿੜਵੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਕਿ ਡੋਲਿਆਂ ਦੇ ਵਿੱਚ ਛੱਲੀਆਂ ਪੈਂਦੀਆਂ ਘੁੱਗੀਆਂ ਪੱਟਾਂ ਤੇ, ਪਾਵੇਂ ਜੰਮਦੀਆਂ ਮਾਵਾਂ
ਇਹ ਮਿਲਦੇ ਨਹੀਂ ਹੱਟਾਂ ਤੇ, ਸ਼ੇਰਾਂ ਵਰਗੇ ਜਿਗਰੇ ਹੌਸਲੇ ਵਾਂਗ ਚਟਾਨਾਂ ਦੇ, ਔਰ ਨੱਚਦੀ ਫਿਰੇ ਜਵਾਨੀ ਮਿੱਤਰੋ ਵਿੱਚ ਮੈਦਾਨਾਂ ਦੇ, ਔਰ ਨੱਚਦੀ ਫਿਰੇ ਜਵਾਨੀ ਮਿੱਤਰੋ ਵਿੱਚ ਮੈਦਾਨਾਂ ਦੇ। ਇੱਕ ਪਾਸੇ ਹਰਿਆਣੇ ਵਾਲਾ, ਦੂਜੇ ਪਾਸੇ ਤਾਰੀ ਐ ਝਨੇਰਾ ਵਾਲਾ ਸਿੱਖ ਸਰਦਾਰ ਗੱਭਰੂ ਧੱਕੇ ਮਾਰਦਾ, ਧੱਕੇ ਮਾਰਦਾ ਕਿ ਮਾਈ ਐ ਸਾਡੀ ਦੁਖੀ ਐ ਡਾਢੀ, ਕਿ ਦਿਓਰ ਸ਼ਰਾਬੀ ਮਾਰਦਾ ਧੱਕੇ। ਲਾਡੀ ਦੀ ਕਬੱਡੀ ਪੈ ਰਹੀ ਹੈ ਗੁਰਵਿੰਦਰ ਜੀ, ਕਰੇ ਉਹ ਗੱਲ ਨਾਲ। ਲਾਡੀ ਲਗਾਤਾਰ ਦਿੜਬੇ ਦੀ ਟੀਮ ਲਈ ਕਬੱਡੀਆਂ ਪਾ ਰਿਹਾ ਵੀ ਟੀਮ ਨੂੰ ਜਿੱਤ ਪ੍ਰਾਪਤ ਕਰਵਾਈ ਜਾਵੇ ਸਮਾਈ ਦੇ ਵਿੱਚੋਂ। ਪਰ ਵੇਖਾਂ ਵੀ ਦੁੱਗਾ ਮਾਰੇ ਜੱਟ ਦਾ ਕਹਿੰਦੇ ਖੁਸ਼ੀ ਦਾ ਮਾਸੀ ਦਾ ਪੋਤਾ ਅੱਜ ਕਹਿੰਦੇ ਸਿਰੇ ਦੇ ਜੱਖੇ ਲਾ ਰਿਹਾ ਹੈ। ਲੈ ਵੀ ਖਮੀਰਗੜ੍ਹ ਵਾਲਿਆ, ਉਹ ਸਮਾਂ ਦੂਰ ਨਹੀਂ ਜਦੋਂ ਗੱਲ ਹੁਣ ਵਿਦੇਸ਼ਾਂ ਵਿੱਚ ਪੁੱਜੂ ਮੁੰਡਿਆ, ਹੁਣ ਵਿਦੇਸ਼ਾਂ ਵਿੱਚ ਪੁੱਜੂ। ਲੈ ਵੀ ਦੀਪ ਸਿੰਘ ਮੈਚ ਗਿਣਵੇਂ ਜੇ ਰਹਿੰਦੇ ਆ, ਪਰ ਕਹਿੰਦੇ ਨਜ਼ਾਰਾ ਮਾਰਨਾ ਖੇਡ ਕਬੱਡੀ ਦਾ। ਲਓ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਦੇ ਆ, ਨਵੀਆਂ ਗਰਾਰੀਆਂ ਦੇ ਭੋਰ ਦਿੰਦੇ ਆ, ਤੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਦੇ ਆ। ਦਿੜਵੇ ਵਾਲੇ ਸੰਘੇ ਨੇ ਟਰਾਈ ਕੀਤੀ ਹੈ, ਕੁਲਦੀਪ ਠੇਕੇਦਾਰ ਦਿੜਵੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ। ਉਧਰ ਸਾਰੇ ਵੀਰਾਂ ਦਾ ਧੰਨਵਾਦ ਹੈ, ਬਾਈ ਕੁਲਦੀਪ ਸਰਪੰਚ ਹੋਣੀ, ਬਾਈ ਹਰਪ੍ਰੀਤ ਹੋਣੀ, ਬਾਈ ਕਰਮਾ ਬੰਗਾ ਜੀ ਹੋਣੀ, ਜਿਹੜੇ ਵੀਰ ਅੱਜ ਦੇ ਕਬੱਡੀ ਕੱਪ ਦੇ ਲਈ ਵੱਡੀਆਂ ਸਹਿਯੋਗ ਵੱਡੀਆਂ ਸੇਵਾਵਾਂ ਦਿੱਤੀਆਂ। ਸੁਰਜੀਤ ਚਨਗਰਾ ਹੋਣਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਬਾਈ ਕਰਮੇ ਬੰਗੇ ਵੱਲੋਂ, ਕਰਮਾ ਬੰਗਾ ਪਾਤਰਾਂ ਦੇ ਵੱਲੋਂ। 27 ਤੇ 28 ਤਰੀਕ ਜਿਹੜੀ ਮਾਰਚ ਮਹੀਨੇ ਦੀ ਹੈ, ਸੁਰਜੀਤ ਚਨਗਰਾ ਜੀ ਨੂੰ ਮੋਟਰਸਾਈਕਲ ਦੇ ਮਾਨ ਸਨਮਾਨ ਹੋਣਗੇ। ਸੰਗਾ ਦਿੜਵੇ ਵਾਲਾ ਟਰਾਈ ਕਰਦਾ, ਪਰ ਮੂਨਕਾਂ ਦਾ ਬੂੰਦੀ ਫੈਸਲਾ ਕਰ ਗਿਆ ਵੀ ਪੁਆਇੰਟ ਰੇਡਰ ਦੇ ਲਈ ਜੁੜਿਆ। ਲਾਡੀ ਆ ਗਿਆ ਗੁਰਵਿੰਦਰ ਜੀ ਕਬੱਡੀ ਪਾਉਣ, ਬਾਈ ਜੀ 65 ਦੇ ਫਾਈਨਲ ਦੀਆਂ ਟੀਮਾਂ ਜਿਹੜੀਆਂ ਚਨਾਗਰਾ ਏ ਔਰ ਚਨਾਗਰਾ ਬੀ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆਉਣਗੀਆਂ ਇਸ ਮੈਚ ਤੋਂ ਬਾਅਦ। ਉਸ 65 ਦੇ ਫਾਈਨਲ ਤੋਂ ਬਾਅਦ ਜਿਹੜਾ ਆਈ ਤੇ ਕਬੱਡੀ ਕੱਪ ਦਾ ਜਿਹੜਾ ਫਿਰ ਫਾਈਨਲ ਮੈਚ ਕਰਵਾਇਆ ਜਾਵੇਗਾ। ਦਿੜਬਾ ਮੰਡੀ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਪੁੱਜ ਗਈ ਹੈ, ਪਰ ਵੇਖਾਂ ਵੀ ਜੱਗੇ ਦੇ ਨਾਲ ਮੁਕਾਬਲਾ ਜਿਹੜਾ ਲਾਡੀ ਨੌਜਵਾਨ ਦਾ। ਲੈ ਵੀ ਜੱਗਿਆ ਟਰਾਈ ਬੜੀ ਸੋਹਣੀ ਕੀਤੀ ਸੀਗੀ ਨੌਜਵਾਨ, ਪਰ ਮੁੰਡੇ ਨੇ ਹੌਸਲੇ ਬੁਲੰਦ ਕਰਕੇ ਪੁਆਇੰਟ ਆਪਣੀ ਟੀਮ ਦੇ ਖੇਸੇ ਕਰ ਦਿੱਤਾ ਹੈ। ਲੈ ਵੀ ਪਰ ਪਿਆ ਤੇਰੇ ਲਈ ਵੱਡੀ ਮੁਬਾਰਕਬਾਦ ਹੈ ਨੌਜਵਾਨ, ਜਿਵੇਂ ਪ੍ਰੋਫੈਸਰ ਨੇ ਪਹਿਲਾਂ ਬੋਲਿਆ ਵੀ ਬੁਲਟ ਦਿੰਦਾ ਤੈਨੂੰ ਨੌਜਵਾਨ, ਪਰ ਦਿੜਬੇ ਵਾਲਾ ਲਾ ਲਾਉਂਦਾ ਜੱਫਾ। ਪਰਬੇ ਦੀ ਵੀ ਕਹਿੰਦੇ ਖੇਡ ਦਰਾਲੀ ਹੈ ਦੁਨੀਆ ਕਾਇਲ ਜਿਹੜੀ ਕੀਤੀ ਆਪਣੀ ਖੇਡ ਦੀ ਬਦੌਲਤ, ਕਿ ਉੱਚ ਕੋਟੀਆਂ ਦੀ ਜਾਖੀਆਂ ਤੇ ਨਾ ਕੇ ਮਸ਼ਹੂਰ ਦਿੜਬੇ ਦਾ ਪਰਬਾ ਕਦੇ ਕਰੇ ਨਾ ਗਰੂਰ, ਮੱਚਦੇ ਨੇ ਲੋਕ ਦੇ ਮਚਾਉਂਦਾ ਖੁਰ ਜਾਣ ਕੇ, ਵੱਡੇ ਵੱਡੇ ਧਾਵੀ ਫਿਰ ਜਾਂਦਾ ਇੱਕ ਬਾਣ ਕੇ, ਉਧਰ ਵੀ ਧਾਵੀ ਡੱਕਿਆ ਗਿਆ, ਉਧਰ ਵੀ ਧਾਵੀ ਡੱਕਿਆ ਗਿਆ। ਨਵੀਂ ਨੌਜਵਾਨਾਂ ਕਰੀ ਗੱਲ ਫਿਰ, ਅੱਜ ਸੰਦੀਪ ਹਮੀਰਗੜੀਆ ਕਹਿੰਦੇ ਆਈ ਤੇ ਆਇਆ ਹੋਇਆ, ਹਮੀਰਗੜੀਆ ਆਈ ਤੇ ਆਇਆ ਹੋਇਆ। ਦਰਸ਼ਕ ਵੀਰ ਜੇ ਮੈਚ ਵਧੀਆ ਲੱਗਿਆ ਦੋਵਾਂ ਟੀਮਾਂ ਵਾਸਤੇ ਤਾੜੀ ਮਾਰਦੇ ਜ਼ੋਰਦਾਰ। ਹਮੀਰਗੜ੍ਹ ਦੀ ਟੀਮ ਜਿੱਤ ਕੇ ਫਾਈਨਲ ਦੇ ਵਿੱਚ ਪੁੱਜ ਗਈ ਹੈ, ਹਮੀਰਗੜ੍ਹ ਦਾ ਫਾਈਨਲ ਮੈਚ ਜਿਹੜਾ ਉਹ ਦਿੜਬੇ ਮੰਡੀ ਦੀ ਟੀਮ ਦੇ ਨਾਲ।